ਲੁੱਟ ਮਚਾਈ ਚੱਲ ਰਹੀ ਹੈ ਪੂਰੀ ਸਰਕਾਰ ਮਾ ਜੀ। ਮੇਰਾ ਨਾਮ ਸਾਬਕਾ ਸਰਪੰਚ ਆ ਪਿੰਡ ਪੂਨੀਆਂ ਜੱਟਾਂ। ਦੇਖੋ ਜੀ ਇਹ ਫਾਈਲ ਇੱਕ 30 ਰੁਪਏ ਦੀ ਹੈ ਜੀ, 5-6 ਪੇਜਾਂ 'ਚ। ਮੰਨ ਲਓ ਪਤਾ ਨਹੀਂ ਇਹ ਪ੍ਰਸ਼ਾਸਨ ਵੇਚ ਰਿਹਾ, ਪਤਾ ਨਹੀਂ ਕੋਈ ਪ੍ਰਾਈਵੇਟ ਬੰਦਾ ਵੇਚ ਰਿਹਾ। ਪੂਰੀ ਲੁੱਟ ਮਚਾਈ ਚੱਲ ਰਹੀ ਆ। 30 ਰੁਪਏ ਦੀ ਇੱਕ ਫਾਈਲ ਆ ਜੀ। NOC ਫਾਈਲ ਲੈਣੀ ਉਹ ਵੀ 30 ਰੁਪਏ ਦੇ। ਨਾਮਜ਼ਦਗੀ ਫਾਈਲ ਆ ਜੀ, ਇਹ ਵੀ 30 ਰੁਪਏ ਦੀ ਆ। ਨਹੀਂ ਜੀ ਸਾਰਾ ਕੁਛ ਗਲਤ ਆ। ਜਦੋਂ ਇੱਕ ਬੰਦੇ ਨੂੰ ਖੜਾਉਣਾ ਉਹਨੂੰ ਇੰਨੇ ਕਿਉਂ ਝੰਜਲ ਪਾਇਆ ਜੀ? ਉਹਨੂੰ ਸਿੱਧਾ ਕਹੋ ਆਪਣੇ ਕਾਗਜ਼ ਭਰੇ, ਬਾਅਦ 'ਚ ਜਾਂ ਜਿੱਤ ਹਾਰ ਹੋ ਜਾਏਗੀ ਦੇਖ ਲਿਆ ਕੀ ਬਣਨਾ ਕੀ ਨਹੀਂ। NOC ਲੈਣੀ ਜੀ, NOC ਲੈਣ ਪਿੱਛੇ ਇੱਕ ਮੁਲਾਜ਼ਮ ਪਿੱਛੇ ਪਤਾ ਨਹੀਂ ਕਿੰਨੀ ਕਿੰਨੀ ਦੁਨੀਆ ਭੱਜੀ ਫਿਰ ਰਹੀ ਆ। ਮੁਲਾਜ਼ਮ ਨਹੀਂ ਲੱਭਦਾ, ਫੋਨ ਨਹੀਂ ਚੱਕਦੇ ਮੁਲਾਜ਼ਮ। ਹਾਂ ਸਰਕਾਰ ਵੱਲੋਂ ਹੋਣੀਆਂ ਚਾਹੀਦੀਆਂ ਜੀ, ਦਫ਼ਤਰ ਤੋਂ ਮਿਲਣੀ ਚਾਹੀਦੀ ਆ। ਇਹ ਪੈਸੇ ਲੈ ਕੇ ਸਰਕਾਰ ਨੇ ਆਪ ਕੰਮ ਛੱਡਦਾ ਜੀ, ਲੋਕਾਂ ਨੂੰ ਉਲਝਾਉਣ ਵਾਸਤੇ ਵੀ ਉਲਝੀ ਫਿਰੀ ਜਾਏ ਪਬਲਿਕ। ਇਹ ਦੱਸੋ ਕੋਈ ਅਨਪੜ੍ਹ ਬੰਦਾ ਖੜ ਗਿਆ ਉਹਨੂੰ ਕੀ ਪਤਾ ਜੀ ਮੋਟਰ ਗੱਡੀ ਵਹੀਕਲ ਜਹਾਜ਼ ਸਮੁੰਦਰੋਂ ਕਿੱਥੇ ਕਿਹੜੀ ਚੜਿਆ ਉਹ? ਇੰਨੀਆਂ ਸ਼ਰਤਾਂ ਕਿੱਥੇ ਪੂਰੀਆਂ ਕਰੇਗਾ ਜੀ? ਕਈ ਬੰਦੇ ਤਾਂ ਸੋਨੇ ਗਹਿਣੇ ਲਿਖੇ ਹੋਏ, ਕਈ ਆਪਣੀ ਇੱਜ਼ਤ ਬਚਾਉਣਗੇ ਵਿਚਾਰੇ, ਕੋਈ ਵੱਧ ਲਿਖਦੇ ਆ ਕੋਈ ਘੱਟ ਲਿਖਦੇਗਾ। ਹਾਂਜੀ ਬਿਲਕੁਲ ਕਮਾਈ ਕਰ ਰਹੀ ਆ ਜੀ, ਕਮਾਈ ਕਰ ਰਿਹਾ ਜੀ। ਕੋਈ ਵਧੀਆ ਆਦਮੀ ਜਿਹੜਾ ਪ੍ਰਿੰਟ ਛਾਪ ਰਿਹਾ ਜੀ ਉਹ ਲੁੱਟ ਰਿਹਾ ਜੀ। ਵਿੱਚ ਸਾਰੇ ਅਫਸਰ ਨਾਲ ਮਿਲੇ ਵੇ ਉਹਨਾਂ ਜੀ, ਕੌਣ ਕਹਿੰਦਾ ਨਹੀਂ ਹੁੰਦਾ? ਕਿਵੇਂ ਹਰਵਿੰਦਰ ਸਿੰਘ ਜੀ? ਇਹ ਤਾਂ ਜੀ ਅਸੀਂ ਤਾਂ ਜੀ ਵੈਸੇ ਪੂਰੀ ਕਰਕੇ ਦੇ ਰਹੇ ਨੇ ਲੋਕਾਂ, ਜਿਵੇਂ ਲੋਕਾਂ ਦੀ ਸੇਵਾ ਕਰ ਰਹੇ ਨੇ ਜੀ। ਹਾਂਜੀ 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 ਇਹ ਫਿਰ ਲੋਕਾਂ ਨੂੰ ਮਿਲ ਰਹੀਆਂ ਨੇ, ਇਸ ਕਰਕੇ ਸਾਨੂੰ ਦੇਣੀਆਂ ਪੈ ਰਹੀਆਂ ਜੀ, ਲੋਕਾਂ ਦੀ ਡਿਮਾਂਡ ਹੈ ਜੀ। ਨਹੀਂ ਜੀ ਕੋਈ ਪਰਮਿਸ਼ਨ ਨਹੀਂ ਲਈ ਹੋਈ, ਇਹ ਅਸੀਂ ਤਿਆਰ ਕਰਕੇ ਕਈ ਵੇਚ ਰਹੇ ਹਾਂ ਜੀ ਲੋਕਾਂ ਦੇ ਪਾਸ ਕੰਪਲੀਟ ਕਰਕੇ ਜੀ। ਨਹੀਂ ਜੀ ਕੋਈ ਪਰਮਿਸ਼ਨ ਨਹੀਂ, ਨਹੀਂ ਇਹ ਇਹਦਾ ਵੈਲਿਡ ਹੈ ਜੀ, ਆਰ ਉਹਨੂੰ ਚੈੱਕ ਕਰਾਈ ਹੋਈ ਹੈ ਜੀ, ਜਿਹੜੇ ਅਫਸਰ ਉਹ ਚੈੱਕ ਕਰ ਰਹੇ ਭਰ ਰਹੇ ਨੇ ਜੀ, ਉਹਨਾਂ ਨੂੰ ਚੈੱਕ ਕਰਾਏ ਹੋਏ ਨੇ, ਫਾਰਮ ਬਿਲਕੁਲ ਕੰਪਲੀਟ ਨੇ ਜੀ। ਕਿਵੇਂ ਜੀ ਇਹ ਤਾਂ ਮੈਨੂੰ ਪਤਾ ਨਹੀਂ ਜੀ, ਇਹ 30 ਰੁਪਏ ਦੀ ਜੀ। ਇਹ ਜੋ ਇਹ ਬਾਈ ਨੇ ਤੁਹਾਨੂੰ ਦਿਖਾਏ ਨੇ ਜਿਹੜੇ ਹੈਗੇ ਨੇ ਟੋਟਲੀ, ਇਹ ਹੈਗੇ ਨੇ ਜੀ ਸਾਹਮਣੇ, ਇਹ ਤਾਂ ਪ੍ਰੂਵਡ ਹੁੰਦੇ ਨੇ ਜੀ, ਇਹ ਇਹਨਾਂ ਦੇ ਨੋਟਰੀ ਤੋਂ ਕਰਾਇਆ ਜਾਂਦਾ ਜੀ ਬਾਅਦ 'ਚ ਭਰ ਕੇ। ਨਹੀਂ ਵੇਚਣ ਦੀ ਅਨੁਮਤੀ ਤਾਂ ਨਹੀਂ ਹੈਗੀ ਸਾਨੂੰ, ਇਹ ਲੋਕਾਂ ਦੀ ਲੋੜ ਵਾਸਤੇ ਵੇਚ ਰਹੇ ਜੀ ਅਸੀਂ, ਲੋਕ ਮੰਗ ਰਹੇ। ਇਹ ਤੇ ਇਹਦੇ ਤਾਂ ਖਰਚਾ ਹੀ 28 ਰੁਪਏ ਆਉਂਦਾ ਜੀ, 30 ਰੁਪਏ ਦੀ ਅਸੀਂ ਵੇਚ ਰਹੇ ਜੀ। ਇਹ ਤਾਂ ਫਿਰ ਸਰਕਾਰ ਲੋਕਾਂ ਨੇ ਕਹਿਣਾ ਚਾਹੀਦਾ ਜੀ ਸਰਕਾਰ ਨੂੰ ਜੀ। ਨਹੀਂ ਜੋ ਵੀ ਜੋ ਐਸ ਪਰ ਜੋ ਚੁੱਲ੍ਹਾ ਟੈਕਸ ਹੈ ਜੋ ਉਸ ਉਹ ਪ੍ਰੋਵਾਈਡ ਜਾ ਰਹੇ ਆ, ਜੋ ਨੈਸੈਸਰੀ ਹੈਗੀਆਂ ਗਵਰਨਮੈਂਟ ਦੀਆਂ ਗਾਈਡਲਾਈਨਸ ਨੇ, ਉਸ ਤੋਂ ਇਲਾਵਾ ਕੋਈ ਹੋਰ ਨਹੀਂ, ਸਾਡੇ ਕੋਈ ਇਹੋ ਜਿਹਾ ਗਲਤ ਧਿਆਨ ਦੇ ਵਿੱਚ ਹੈ ਨਹੀਂ। ਨਹੀਂ ਜੋ ਚੁੱਲ੍ਹਾ ਟੈਕਸ ਹੈ ਸਿਰਫ ਉਹੀ ਲਿਆ ਜਾ ਰਿਹਾ, ਜਾਂ ਬਾਕੀ ਜੋ ਗਵਰਨਮੈਂਟ ਦੀ ਫੀਸ ਹੈ ਉਸ ਤੋਂ ਇਲਾਵਾ ਹੋਰ ਕੋਈ ਫੀਸ ਨਹੀਂ ਲਈ ਜਾ ਰਹੀ।